ਵਰਤਦੀ ਪੂਰੀ ਜ਼ਿੰਦਗੀ ਔਰਤਾਂ ਕੋ ਖੁਸ਼ ਕਰਨ ਵਿਚ ਲੱਗ ਪੈਂਦੀ ਹੈ ਤੇ ਆਖਿਰ ਵਿਚ ਲਾਨਾ ਤਾਂ ਬੂਝਾ ਫੇਰ ਦੇਣ ਕਿ ਤੁਸੀਂ ਸਾਰੇ ਕਿਤੇ ਕੀਤਾ ਹੀ ਕਿ ਸਾਰੇ ਛੋਟੇ ਜਿਹੇ ਪਲਵਾਨ ਔਰਤਾਂ ਕੀਤੇ ਕੁਰਬਾਨੀ ਦੇਵਣ ਦਾ ਆਗਾਜ਼ ਕਰ ਦਿੱਤੇ ਤੇ ਜਨਾਬ ਆ ਸ਼ੁਰੂ ਕਰਨੇ ਅੱਜ ਦਾ ਨਵਾਂ ਵਲੌਗ ਤੇ ਸਵੇਰ ਨਾਲ ਉੱਠਿਆ ਤੇ ਅੱਬੂ ਫੋਨ ਕਿਤੇ ਜਲਦੀ ਬੰਦ ਜਿਹੜਾ ਨਾ ਛੋਟੇ ਪਲਵਾਨ ਦੀ ਅੱਜ ਸੁਨਤ ਕਰਵਾਉਣੇ ਤੇ ਅਸਾਂ ਜਿਲੇ ਪਹੁੰਚਿਆ ਡਾਕਟਰ ਸਾਹਿਬ ਆ ਗਿਆ 9 ਵਜੇ ਤੇ ਗਰਮੀ ਵੀ ਅੱਜ ਕਾਫੀ ਜ਼ਿਆਦਾ ਆਈ ਤੇ ਛੋਟਾ ਪਲਵਾਨ ਕਾਫੀ ਜ਼ਿਆਦਾ ਰੋਂਦਾ ਪਿਆ ਤੇ ਉਹਦੀ 5 ਮਿੰਟ ਸੁਨਤ ਥੀ ਗਈ ਤੇ ਉਹਦੇ ਬਾਅਦ ਮੈਂ ਕੋਈ ਕਿਨੇ ਤੂੰ ਬੰਦ ਜਿਹੜਾ ਨਾ ਕੋਈ ਮਿਠਾਈ ਵਗੈਰਾ ਕਹਿੰਦਾ ਖੈਰ ਰਮਾਨ ਨਾਲ ਸਾਰੇ ਛੋਟੇ ਪਲਵਾਨ ਦੀ ਅੱਜ ਸੁਨਤ ਥੀ ਗਈ ਤੇ ਆਪਣੀ ਬੇਗਮ ਕੀਤੇ ਅੱਜ ਬਹੁਤ ਵੱਡੀ ਕੁਰਬਾਨੀ ਦਾ ਆਗਾਜ਼ ਕਰ ਦਿੱਤੇ ਮੈਂ ਕਿਹਾ ਆਸਿਫ ਸਕੂਲੋਂ ਚਾਹਤੇ ਮੈਂ ਆਸਿਫ ਸਕੂਲ ਚਾਵਣ ਤੋਂ ਬਾਅਦ ਜਿਹੜਾ ਨਾ ਮਿਠਾਈ ਕਹਿਣ ਕੇ ਸਿਸਟਰ ਦਾ ਖੀਰ ਚਾਵਣਾ ਖੀਰ ਚਾਵਣ ਤੋਂ ਬਾਅਦ ਵਾਪਸ ਆ ਗਿਆ ਸੀ ਤੇ ਦੁਪਹਿਰੇ ਦਾ ਟਾਈਮ ਸੀ ਪਿਆ ਆਪੂ ਜਾਣਾ ਕਿ ਜੁਲੂ ਅੱਜ ਮੁਜਾਹਿਦ ਭਾਈ ਨਾਲ ਸਲਾਮ ਦੁਆ ਕਰਕੇ ਉਹ ਮੁਜਾਹਿਦ ਭਾਈ ਕੋ ਸਲਾਮ ਦੁਆ ਕਰਨ ਤੋਂ ਬਾਅਦ ਮੈਂ ਵਾਪਸ ਆ ਗਿਆ ਤੇ ਸ਼ਾਮ ਕੋ ਹੁਸੈਨ ਭਾਈ ਦੀ ਕਾਲ ਆਈਏ ਕਿਉਂ ਕਿ ਕਾਸ਼ੀ ਕਿੱਥੇ ਜਲਦੀ ਆਵਣ ਵਾਲੀ ਕਰ ਮੈਚ ਕਿਤੇ ਪੂਰੇ ਪਲੇਅਰ ਰੈਡੀ ਹੈ ਜਨਾਬ ਅਸਾਂ ਪਹੁੰਚ ਗਏ ਤੇ ਉੱਥੇ ਵਾਂਝ ਕੇ ਟੀਮਾਂ ਜਿਲੇ ਚੁਣਿਆ ਸੀ ਤੇ ਯਕੀਨ ਮੰਨੋ ਰਾਸ਼ਿਦ ਭਾਈ ਦੀ ਟੀਮ ਕਾਫੀ ਜ਼ਿਆਦਾ ਸਟਰੋਂਗ ਹੈ ਤੇ ਉਹਨੇ ਸਾਕੂ ਪਹਿਲੇ ਟਾਸ ਜੀਤ ਕੇ ਉਹ ਪਹਿਲੇ ਅਸਾਂ ਫੀਲਡਿੰਗ ਕਰ ਜ਼ਲੀਲ ਥੀ ਗਏ ਤੇ ਅਸਾਂ ਤਾਂ ਪਹਿਲੇ ਹੀ ਫੇਂਤ ਹੈ ਪਿਆ ਸੀ ਦੋ ਮੈਚ ਹਰਨ ਤੋਂ ਬਾਅਦ ਗੰਦਾ ਮੂੰਹ ਕਰਨ ਤੋਂ ਬਾਅਦ ਅਸਾਂ ਸਿੱਧਾ ਜਿਹੜਾ ਨਾ ਘੋੜੇ ਚੌਕ ਤੇ ਗਏ ਹਾਂ ਉੱਥੇ ਲਿਮਕਾ ਵਗੈਰਾ ਪੀਤੇ ਸੀ ਲਿਮਕਾ ਪੀਣ ਤੋਂ ਬਾਅਦ ਘਰ ਵਾਪਸ ਆ ਗਏ ਹਾਂ ਤੇ ਅੱਜ ਦੇ ਵਲੌਗ ਦੇਖ ਤਾਂ ਇੱਥੇ ਹੀ ਕਿੰਨੇ ਚਲੋ ਯਾਰ ਮਿਲਤੇ ਹਾਂ ਨੈਕਸਟ ਵੀਡੀਓ ਨਾਲ ਅੱਲਾਹ ਹਾਫਿਜ਼।